ਕਿਵਾ ਸਮਾਂ ਸੀ ਜਦੋਂ ਸ਼ਾਹਕੋਟ ਬੜਾ ਹੋਟ ਸੀਟ ਰਹਿੰਦਾ ਸੀ ਐਤਕੀ ਤੁਹਾਡਾ ਗੁਆਂਢੀ ਹਲਕਾ ਬੜਾ ਹੋਟ ਰਹਿੰਦਾ ਸੁਲਤਾਨਪੁਰ 로ਦੀ ਦੀ ਗੱਲ ਕਰਦੇ ਆ ਤੁਸੀਂ ਹੋਟਲ ਕੀ ਦੀ ਗੱਲ ਕੀਤੀ ਹੋਟ ਤੇ ਰਹਿਣਾ ਚਾਹੀਦਾ ਤਾਂ ਹੀ ਬੰਦਾ ਕੰਮ ਵਧ ਕਰ ਕੀ ਲੱਗਦਾ ਕਿ ਚੀਮਾ ਹੋਰਾ ਦੀ ਹਵਾ ਜ਼ਿਆਦਾ ਹੈ ਜਾਂ ਫਿਰ ਰਾਣਾ ਗੁਰਜੀ ਤੋਰਾ ਦੇ ਪੁੱਤਰ ਦੀ ਜੋ ਆਜ਼ਾਦ ਲੜ ਰਹੀ ਹੈ ਇਹ ਉਹਨੇ ਫੇਰਾ ਮੇਰਾ ਖਿਆਲ ਚੈਲੰਜ ਕਰਤਾ ਰਾਣਾ ਜੀ ਨੂੰ ਮੇਰਾ ਖਿਆਲ ਕੋਈ ਪਾਰਟੀ ਚੋਂ ਕਢਾਉਣ ਦੀ ਕੋਈ ਗੱਲ ਆਈ ਜਾਂ ਕੁਝ ਵੀ ਆ ਮੇਰਾ ਖਿਆਲ ਪਹਿਲੋਂ ਰਾਣਾ ਜੀ ਦਾ ਮਨ ਨਹੀਂ ਸੀ ਸultanpur ਤੋਂ ਜਾਣ ਦਾ ਜਦੋਂ ਕੋਈ ਚੈਲੰਜ ਕਰੇ ਤਾਂ ਫੇਰ ਤੁਹਾਨੂੰ ਵੀ ਪਤਾ ਉਹਦਾ ਜਦੋਂ ਸੀਐਮ ਚਿਹਰੇ ਦੀ ਗੱਲ ਆਉਂਦੀ ਆ ਕਾਂਗਰਸ ਨੂੰ ਲੈ ਕੇ ਹੁਣ ਤਿੰਨ ਜਣਿਆਂ ਦੇ ਚਿਹਰੇ ਨੇ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਤਿੰਨ ਲਾੜੇ ਲੈ ਕੇ ਕਾਂਗਰਸ ਚੱਲੀ ਐ ਕੀ ਲੱਗਦਾ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਪਾਰਟੀ ਪੰਜਾਬ ਦੇ ਲੋਕ ਸਮਝਦੇ ਆ ਮੁੱਖ ਮੰਤਰੀ ਕਿੰਨੇ ਪਾਣੀ ਸੋ ਕੋਈ ਬੜਾ ਬਿਆਨ ਕਰਨ ਦੀ ਲੋੜ ਨਹੀਂ ਪ੍ਰਧਾਨ ਸਾਹਿਬ ਦਾ ਅੱਜ ਕੱਲ ਅੱਖਸ ਕੋਈ ਚੰਗਾ ਨਹੀਂ ਨਜ਼ਰ ਆ ਰਿਹਾ ਪ੍ਰਧਾਨ ਸਾਹਿਬ ਕਈ ਵਾਰੀ ਵਦ-ਜੁਬਾਨੀ ਵੀ ਕਰ ਜਾਂਦੇ ਨੇ ਗਾਲ ਵੀ ਕੱਢ ਜਾਂਦੇ ਨੇ ਪ੍ਰਧਾਨ ਸਾਹਿਬ ਅੱਜ ਕੱਲ ਹੋਟ ਵੀ ਰਹਿੰਦੇ ਨੇ ਕੀ ਲੱਗਦਾ ਹੈ ਕਿ ਪ੍ਰਧਾਨ ਸਾਹਿਬ ਵੀ ਕੁਝ ਨੁਕਸਾਨ ਕਰ ਸਕਦੇ ਆ ਕੈਪਟਨ ਸਾਹਿਬ ਦੇ ਨਾਲ 2 ਮਹੀਨੇ ਜਿੱਥੇ 4.5 ਸਾਲ ਕੱਢ ਲਈ ਸੀ 2 ਮਹੀਨੇ ਹੋਰ ਕੱਢ ਲੈਣੇ ਆਲੇ ਦੁਆਲੇ ਨੇ ਗਲਤ ਉਹਨਾਂ ਨੂੰ ਕਹਿਣ ਸਭ ਨੂੰ ਕਹਿ ਦਿੱਤਾ ਸੋ ਇਸ ਕਰਕੇ ਉਹ ਦਾ ਖਮਿਆਜਾ ਕੈਪਟਨ ਮਰਨ ਸਿੰਘ ਨੂੰ ਪੁੱਜ ਗਿਆ ਕੰਟਰੋਵਰਸੀ ਤਾਂ ਬੜਾ ਦੂਰ ਰਹਿਣੀ ਉਹ ਕੀ ਵਜ੍ਹਾ ਹੋ ਗਈ 2017 ਚ ਲਗੀਆਂ ਲੈ ਜੀ ਫਰ ਗਿਆ ਸੀ ਯੂਜ਼ ਕਰ ਗਿਆ ਸੀ ਕਿਆਸਤ ਦੇ ਵਿੱਚ ਵਿਰੋਧੀ ਬੋਲਦੇ ਹੁੰਦੇ ਆ ਬੋਲੀ ਜਾਂ ਜਦਨ ਸਮਾ ਉਹਦੇ ਕੋਲ ਦੇਣੀ ਜਵਾਬ ਦੇ ਦੋ ਆਪਣੀ ਤਜੋਰੀ ਤੋਂ ਹਰ ਕੋਈ ਭਰਤਾ ਹੈ ਆਪਣੀ ਤਜੋਰੀ ਤੋਂ ਹਰ ਕੋਈ ਭਰਤਾ ਹੈ ਐਸਾ ਨੇਤਾ ਚੁਣੋ ਜੋ ਦੇਸ਼ ਕੇ ਲਈ ਕੁਝ ਕਰਤਾ ਹੈ ਜੀ ਹਾਂ ਇਸੀ ਗੱਲ ਦਾ ਹੋਕਾ ਦੇ ਰਹੇ ਆ ਅਸੀਂ ਤੁਹਾਡੀ ਆਵਾਜ਼ ਬਣ ਕੇ ਪੰਜਾਬ ਦੀ ਆਵਾਜ਼ ਬਣ ਕੇ ਅਜੀਤ ਵੈਬ ਟੀਵੀ ਦੇ ਮਾਧਿਅਮ ਰਾਹੀਂ ਸੋ ਪੰਜਾਬ ਸਮੇਤ ਪੰਜ ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਦਾ ਬਿਲਕੁਲ ਵੱਜ ਚੁੱਕਿਆ ਹੈ ਜਿਵੇਂ ਜਿਵੇਂ ਚੋਣਾਂ ਦੀ ਤਾਰੀਖ ਨਜ਼ਦੀਕ ਆਂਦੀ ਜਾ ਰਹੀ ਹੈ ਉਂਝ-ਉਂਝ ਸਿਆਸੀ ਪਾਰਟੀਆਂ ਤੇ ਪਾਰਟੀਆਂ ਦੇ ਆਗੂਆਂ ਦੀਆਂ ਦਿਲ ਦੀਆਂ ਧੜਕਣਾ ਤੇਜ਼ ਹੁੰਦੀਆਂ ਜਾ ਰਹੀਆਂ ਨੇ ਹਰ ਪਾਰਟੀ ਦੀ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਵੋਟਰ ਦਾ ਦਿਲ ਜਿੱਤਿਆ ਜਾਵੇ ਤੇ ਦਿਲ ਜਿੱਤ ਕੇ ਹਲਕਾ ਜਿੱਤਿਆ ਜਾਵੇ ਹਲਕਾ ਜਿੱਤ ਕੇ ਜਿਆਦਾ ਹਲਕੇ ਜਿੱਤੇ ਜਾਣ ਤੇ ਪੰਜਾਬ ਦੀ ਸੱਤਾ ਦੇ ਵਿੱਚ ਆਇਆ ਜਾਵੇ ਸੋ ਦੇਖਣਾ ਹੋਏਗਾ ਕਿ ਪੰਜਾਬ ਦੇ ਲੋਕ 20 ਫਰਵਰੀ ਨੂੰ ਕੀ ਫੈਸਲਾ ਲੈਂਦੇ ਨੇ ਤੇ 10 ਮਾਰਚ ਨੂੰ ਕਿਸ ਪਾਰਟੀ ਦੇ ਨਾਮ ਜੇਤਾਂਦੀ ਹੈ ਇਸੇ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੇ ਆ ਹਲਕਾ ਸ਼ਾ ਕੋਟ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੀ ਦੇ ਨਾਲ ਜੋ ਮੇਰੇ ਨਾਲ ਸਟੂਡੀਓ ਦੇ ਵਿੱਚ ਬੈਠੇ ਹੋਏ ਨੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਜੀ ਸਾਰਤ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਵਰਮ ਜੀ ਤਾਂ ਸਤਿ ਸ਼੍ਰੀ ਅਕਾਲ ਜੀਤ ਵੈਬਸਾਈਟ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲਾਡਲੀ ਜੀ ਸਿਆਸੀ ਗੱਲਬਾਤ ਸ਼ੁਰੂ ਕਰਦੇ ਆ ਕਿੰਨੀਆਂ ਕੁ ਦਿਲ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਨੇ 20 ਤਰੀਕ ਨੂੰ ਪੇਪਰ ਹੈ ਤੁਹਾਡਾ ਵੀ ਦਿਲ ਦੀਆਂ ਕੋਈ ਧੜਕਣਾਂ ਤੇਜ਼ ਨਹੀਂ ਜੀ ਬੜੇ ਸਮੂਥਲੀ ਇਲੈਕਸ਼ਨ ਲੜ ਰਹੇ ਆ ਲੋਕਾਂ ਦਾ ਪਿਆਰ ਆ ਉਹ ਪਿਆਰ ਲੋਕ ਜੇ ਉਹਨਾਂ ਨੇ ਅੱਗੇ ਵੀ ਇੰਨਾ ਮਾਨ ਬਖਸ਼ਿਆ ਤੇ ਆਉਣ ਵਾਲੇ ਸਮੇਂ 'ਚ ਵੀ ਬਖਸ਼ਣਗੇ ਬਿਲਕੁਲ ਕੰਫੀਡੈਂਸ ਤੁਹਾਡੇ ਦੇ ਵਿੱਚ ਐਨ ਨਜ਼ਰ ਆ ਰਿਹਾ ਕਿਉਂਕਿ ਲੋਕਾਂ ਦਾ ਜਦੋਂ ਭਰਮਾ ਹੁੰਗਾਰਾ ਮਿਲਦਾ ਹੈ ਸਿਆਸੀ ਆਗੂ ਵੀ ਥੋੜੇ ਦਮਦਾਰ ਲਿਹਾਜੇ ਵਿੱਚ ਆ ਜਾਂਦੇ ਨੇ ਤੁਸੀਂ ਸ਼ਾਹਕੋਟ ਤੋਂ ਮੌਜੂਦਾ ਵਿਧਾਇਕੋਂ 2018 ਦੇ ਵਿੱਚ ਬਾਈਲੈਕਸ਼ਨ ਹੋਈ ਸੀ ਜਦੋਂ ਅਕਾਲੀ ਦਲ ਦੇ ਮੁਕਾਬਲੇ 39000 ਵੋਟਾਂ ਦੀ ਤੁਸੀਂ ਲੀਡ ਲਈ ਸੀ ਤੇ ਤੁਸੀਂ ਸੱਤਾ ਦੇ ਵਿੱਚ ਆਏ ਸੀ ਵਿਧਾਇਕ ਬਣੇ ਸੀ ਤੁਹਾਡੇ ਕੋਲ ਸਮਾਂ ਸੀ ਸ਼ਾਹਕੋਟ ਦੇ ਲਈ ਕੰਮ ਕਰਨ ਦਾ ਕੀ ਕੀ ਕੰਮ ਕੀਤੇ ਜੇ ਸੰਖੇਪ 'ਚ ਦੱਸਣਾ ਹੋਵੇ ਬਰਮਜੀਤ ਦੇਖੋ ਮੈਂ 2017 ਚ ਲੜਿਆ ਇਲੈਕਸ਼ਨ ਜੀ ਹਰ ਗਿਆ ਸੀ ਲੂਜ਼ ਕਰ ਗਿਆ ਸਰਕਾਰ ਬਣ ਗਈ ਕਾਂਗਰਸ ਪਾਰਟੀ ਦੀ ਤਾਂ ਮੈਂ ਉਸੇ ਦਿਨ ਤੋਂ ਜਿਸ ਦਿਨ ਹਰਿਆਣਾ ਉਸੇ ਦਿਨ ਫਾਰਮ ਹਾਊਸ ਤੇ ਬੈਠ ਗਿਆ ਜਾ ਕੇ ਪਬਲਿਕ ਨੂੰ ਮਿਲਿਆ ਦੋ ਦਿਨ ਤੋਂ ਬਾਅਦ ਮੈਂ ਪਿੰਡੋਂ ਪਿੰਡੀ ਤੌਰ ਤੇ ਆ ਮੈਨੂੰ ਨਿਸੀਪਾ ਦਾ ਬਾਈ ਇਲੈਕਸ਼ਨ ਆ ਜਾਣੀਆ ਮੇਰਾ ਇੱਕ ਮੇਰੇ ਵਿੱਚ ਇੱਕ ਮਨ ਦੇ ਵਿੱਚ ਇੱਕ ਸੋਚ ਸੀ ਵੀ ਮੈਂ ਕੰਮ ਕਰਾਂ ਇਹਨਾਂ ਲੋਕਾਂ ਦਾ ਕੀ ਕਸੂਰ ਜਿਨ੍ਹਾਂ ਨੇ ਮੈਨੂੰ 42000 ਵੋਟ ਦਿੱਤੇ ਬਿਲਕੁਲ ਮੈਂ ਆਪਣੀ ਦ੍ਰਿੜ ਰਾਦੇ ਨਾਲ ਕੰਮ ਕਰਨ ਲੱਪਿਆ। ਮੇਰੇ ਕੰਮ ਦਾ ਜਿਹੜਾ ਸਰਕਾਰ ਤੋਂ ਜੋ ਵੀ ਮੇਰੀਆਂ ਡਿਮਾਂਡ ਸੀ ਹਲਕੇ ਦੀਆਂ ਆਸੀਂ ਉਹਨਾਂ ਨੂੰ ਦਿਨ ਬਰ ਦਿਨ ਅੱਗੇ ਲੈ ਕੇ ਜਾਣ ਲੱਪੇ। ਜੀ। ਸਾਡੇ ਬਹੁਤ ਮੁਸ਼ਕਲਾਂ ਸਾਹਕੋਟ ਹਲਕੇ ਦੀਆਂ। ਐਜੂਕੇਸ਼ਨ ਕਾਲਜ ਦੀ ਮੰਗੋ ਠੀਕ ਕਾਲਜ ਬਣਾ ਕੇ ਚਾਲੂ ਕਰ ਦਿੱਤਾ। ਉਸ ਤੋਂ ਇਲਾਵਾ ਸਾਡੇ ਕਈ ਪੁਲਾਂ ਦੀ ਗੱਲ ਸੀ ਪੁਲ ਬਣ ਰਿਹਾ ਕੋਈ ਬਣ ਰਿਹਾ ਕੋਈ ਬਣ ਕੇ ਤਿਆਰ ਹੋ ਗਿਆ। ਜੀ। ਸਾਡੇ ਗ੍ਰੇਨ ਮਾਰਕੀਟਾਂ ਜਿਹਨਾਂ ਨੂੰ ਦਾਣਾ ਮੰਡੀ ਆਪਾਂ ਕਹਿੰਦੇ ਨੇ ਉਹਨਾਂ ਦਾ ਨਿਰਵਾਣ ਹੋਣ ਵਾਲਾ ਸੀ ਉਹ ਕੀਤਾ ਸਾਡੇ ਹੋਰ ਬਹੁਤ ਸਾਰੇ ਜਿਹੜੇ ਛੋਟੇ-ਛੋਟੇ ਕੰਮ ਸੀ ਜਿਹੜੇ ਕਿ 20-25 ਸਾਲ ਤੋਂ ਪਹਿਲਾਂ ਹੋਣ ਵਾਲੇ ਸੀ ਨਹੀਂ ਹੋਏ ਉਹ ਕੀਤੇ ਜੀ ਅੱਜ ਉਹਨਾਂ ਕੰਮਾਂ ਦੀ ਨੂੰ ਦੇਖਦੇ ਹੋਏ ਲੋਕ ਇਹ ਆਪ ਦੇ ਮੂੰਹੋਂ ਕਹਿ ਰਹੇ ਆ ਵੀ ਜਿਹੜੇ ਕੰਮ 20 ਸਾਲ ਪਹਿਲਾਂ ਨਹੀਂ ਹੋਏ ਤਿੰਨ ਸਾਢੇ ਤਿੰਨ ਚਾਰ ਸਾਲ ਚ ਹੋ ਗਏ ਹੂੰ ਅੱਜ ਤੋਂ ਵੋਟ ਦਾ ਹੱਕਦਾਰ ਆ ਹੂੰ ਮੈਂ ਉਹਨਾਂ ਦੀ ਜਾਨਾ ਉਹ ਆਪ ਮੈਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਵੀ ਤੂੰ ਤਕੜਾ ਹੋ ਕੇ ਕੰਮ ਕਰ ਅਸੀਂ ਤੇਰੇ ਨਾਲ ਖੜੇ ਆ ਬਿਲਕੁਲ ਲਾਡੀ ਜੀ ਲੋਕ ਨਾ ਤੁਹਾਡੇ ਬਾਰੇ ਬਹੁਤ ਜਾਨਣਾ ਚਾਹੁੰਦੇ ਨੇ ਤੁਹਾਡੇ ਪਿਛੋਕੜ ਬਾਰੇ ਜਾਨਣਾ ਚਾਹੁੰਦੇ ਨੇ ਕਿ ਰਾਜਨੀਤੀ ਵਿੱਚ ਤੁਹਾਡਾ ਕਿੱਦਾਂ ਆਣਾ ਹੋ ਗਿਆ ਤੁਹਾਡੇ ਗੁਰੂ ਕੌਣ ਰਹੇ ਨੇ ਤੇ ਕਿਹਦੇ ਮਕਸਦ ਨੂੰ ਹੁਣ ਅੱਗੇ ਵਧਾਉਣਾ ਚਾਹੁੰਦੇ ਹੋ ਤੁਸੀਂ ਰਾਜਨੀਤੀ ਦੇ ਵਿੱਚ ਮੇਰਾ ਆਉਣਾ ਅਸੀਂ ਪੋਲੀਟੀਕਲ ਫੈਮਲੀ ਆ ਜੀ ਮੇਰੇ ਸਵਰਗਵਾਸੀ ਤਾਇਆ ਜੀ ਸਾਹ ਦਰਬਾਰ ਸਿੰਘ ਜੀ ਜਿਹੜੇ ਸਰਪੰਚੀ ਤੋਂ ਲੈ ਕੇ ਗਵਰਨਰ ਬਣੇ ਹੂੰ ਉਹਨਾਂ ਦੀ ਵਿਰਾਸਤ ਨੂੰ ਮੈਂ ਅੱਗੇ ਲੈ ਕੇ ਗਿਆ ਜੀ ਮੈਂ ਉਹਨਾਂ ਨਾਲ ਵੀ ਮੈਨੂੰ ਸਮਾਪਤੀ ਬਤੀਤ ਕਰਨ ਦਾ ਮੌਕਾ ਮਿਲਿਆ ਉਹਨਾਂ ਕੋ ਸਿੱਖਣ ਦਾ ਮੌਕਾ ਮਿਲਿਆ ਉਹਨਾਂ ਨੇ ਸਾਨੂੰ ਬਹੁਤ ਕੁਝ ਸਮਝਾਇਆ ਬਹੁਤ ਕੁਝ ਸਿਖਾਇਆ ਹੂੰ ਤੇ ਜਦੋਂ ਮੈਂ 2017 ਚ ਪਿੰਡਾਂ ਚ ਗਿਆ ਸੀ ਤਾਂ ਮੈਨੂੰ ਲੋਕਾਂ ਨੇ ਉਹਨਾਂ ਨੂੰ 19 ਸਾਲ ਹੋ ਗਏ ਸੀ ਇਸ ਦੁਨੀਆ ਤੋਂ ਗਿਆ ਨੂੰ ਤੇ ਲੋਕਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਵੀ ਜੇ ਅੱਜ ਤੈਨੂੰ ਵੋਟ ਪਾਉਣ ਲੱਗੇ ਆ ਤੇ ਤੇਰੇ ਕੀਤੇ ਤਾਇ ਦੇ ਕੰਮਾਂ ਨੂੰ ਵੋਟ ਪਾਉਣ ਲੱਗੇ ਆ ਉਹਨਾਂ ਨੇ ਸਾਨੂੰ ਇਲੈਕਸਿਟੀ ਦੀਆਂ ਲਾਈਨਾਂ ਵਿਛਾ ਕੇ ਸਰਕਾਰੀ ਟਿਊਬਵਲ ਦੇ ਕੇ ਪਾਣੀ ਵੀ ਦਿੱਤਾ ਜਿੱਥੇ ਅਸੀਂ ਖੇਤੀ ਕਰ ਪਾਉਂਦੇ ਸੀ ਉਦੋਂ ਜ਼ਮੀਨ ਬੇਵਾਦਾਂ ਸੀ 1968 68 ਦੀ ਗੱਲ ਹੈ ਜੀ ਨਾਲ ਉਹਨਾਂ ਨੇ ਪਿੰਡਾਂ 'ਚ ਲਾਈਟ ਪਹੁੰਚਾਤੀ ਪਾਣੀ ਦੇ ਦਿੱਤਾ ਨਾਲ ਸੜਕਾਂ ਦਾ ਨਿਰਮਾਣ ਹੋ ਗਿਆ ਨਾਲ ਸਕੂਲ ਦੇਤੇ ਇਹ ਲੋਕਾਂ ਨੇ ਮੈਨੂੰ ਉਸ ਗੱਲਾਂ ਨੂੰ ਯਾਦ ਕਰਾਇਆ ਤੇ ਮੈਂ ਇਲੈਕਸ਼ਨ ਲੜਦੇ ਆ ਮਨ ਬਣਾ ਲਿਆ ਸੀ ਵੀ ਮੈਂ ਕੋਈ ਬਦਲਾਖੋਰੀ ਦੀ ਸਿਆਸਤ ਨਹੀਂ ਕਰਨੀ ਮੇਰਾ ਏਜੰਡਾ ਹੋਊਗਾ ਵਿਕਾਸ ਦਾ ਤੇ ਮੈਂ ਆਪਣਾ ਵਿਕਾਸ ਕਰ ਰਿਹਾ ਐ ਔਰ ਆਪਣੇ ਏਜੰਡੇ ਤੇ ਚੱਲ ਰਿਹਾ ਤੇ ਹਰ ਇੱਕ ਨੂੰ ਪਿਆਰ ਤੇ ਸਤਿਕਾਰ ਦੇਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਅੱਜ ਮੈਂ ਜਿਹੜਾ ਜੋ ਵਿਰਾਸਤ ਮੈਨੂੰ ਬਜ਼ੁਰਗਾਂ ਤੋਂ ਜਿਹੜੀ ਮਿਲੀ ਆ ਜੀ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਆ ਬਿਲਕੁਲ ਲਾਡੀ ਜੀ ਇੱਕ ਹੋਰ ਗੱਲ ਦੱਸੋ ਆਮ ਆਦਮੀ ਪਾਰਟੀ ਇਸ ਸਮੇਂ ਵਿਰੋਧੀ ਧਿਰ ਦੇ ਵਿੱਚ ਹੈ ਤੇ ਜਦੋਂ 2017 ਦੀਆਂ ਚੋਣਾਂ ਹੋਈਆਂ ਸੀ ਉਹਨਾਂ ਦੀ ਇੱਕ ਆਪਣੀ ਹੀ ਵੇਵ ਸੀ ਪਰ ਉਹ 23 ਸੀਟਾਂ ਤੱਕ ਸਿਮਟ ਕੇ ਰਹਿ ਗਈ ਸੀ ਅੱਜ ਦੀ ਡੇਟ ਦੇ ਵਿੱਚ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਵੇਵ ਬਣਦੀ ਹੋਈ ਕਿਉਂਕਿ ਮਾਲਵੇ ਵਿੱਚ ਜ਼ਿਆਦਾ ਹੈ ਉਹਨਾਂ ਦਾ ਵੇਵ ਜ਼ਿਆਦਾ ਹੈ ਤੇ ਮਾਝੇ ਤੇ ਦੁਆਬੇ ਦੇ ਵਿੱਚ ਘੱਟ ਹੈ ਜਦੋਂ ਤੁਸੀਂ ਜਾਣਦੇ ਹੋ ਕਿੰਨਾ ਕੁ ਲੱਗਦਾ ਕਿ ਆਪ ਤੁਹਾਨੂੰ ਕਿੰਨੀ ਕੁ ਤਿੱਖੀ ਟੱਕਰ ਦੇ ਸਕਦੀ ਹੈ ਦੇਖੋ ਜਦੋਂ 2017 ਦੀ ਗੱਲ ਜਦੋਂ ਕਰੀਏ ਉਦੋਂ ਆਮ ਆਦਮੀ ਪਾਰਟੀ ਦਾ ਕਾਫੀ ਕਰੰਟ ਸੀ ਮੇਰੇ ਹਲਕੇ ਦੇ ਵਿੱਚ ਹੀ ਜਦੋਂ ਕਿ ਮੇਰੇ ਬਹੁਤ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਨਾਲ ਚੱਲ ਗਏ ਸੀ ਕਿਉਂਕਿ ਟਿਕਟ ਸਾਨੂੰ ਲੇਟ ਮਿਲੀ ਹੂੰ ਉਦੋਂ ਵੀ ਅਸੀਂ ਬੜੀ ਮਿਹਨਤ ਨਾਲ ਲੜਾਈ ਲੜੀ ਤਾਂ ਆਮ ਆਦਮੀ ਪਾਰਟੀ ਸਾਡੇ 41000 ਵੋਟ ਲੈ ਗਈ ਸੀ ਕਾਂਗਰਸ ਨੂੰ 42 ਪਈ ਸੀ ਤੇ ਜਿੱਤਣ ਵਾਲੇ ਨੂੰ 46000 ਸਮਥਿੰਗ ਕੁਝ ਵੋਟਾਂ ਪਈਆਂ ਸੀ ਜੀ ਤੇ ਹੁਣ ਜੇ ਦੇਖੀਏ ਤੇ ਜਦੋਂ ਬਾਈ ਇਲੈਕਸ਼ਨ ਆਈ 1900 ਵੋਟ ਪਈ ਉਹਨਾਂ ਨੂੰ ਹੁਣ ਜੇ ਦੇਖੀਏ ਤੇ ਹੁਣ ਕੋਈ ਮੈਨੂੰ ਕੋਈ ਬਾੜਾ ਦਿਸ ਨਹੀਂ ਰਿਹਾ ਆਮ ਆਦਮੀ ਪਾਰਟੀ ਇਹ ਨਹੀਂ ਵੀ ਅਸੀਂ ਕਹਿੰਨੇ ਵੀ ਉਹਨਾਂ ਦਾ ਕੇਡਰ ਨਹੀਂ ਕੇਟਰ ਹੈਗਾ ਉਹ ਕਰੰਟ ਨਹੀਂ ਹੈਗਾ ਕੇਡਰ ਹੈਗਾ ਵੋਟ ਲੋਕ ਮਾਤਦਾਨ ਕਰਨ ਲੱਗਿਆ ਆਪਣੀ ਆਪਣੀ ਹਰੇਕ ਦਾ ਲੋਕਤੰਤਰ ਆ ਅਧਿਕਾਰ ਆ ਬਿਲਕੁਲ ਤੇ ਉਹਨਾਂ ਨੇ ਜਰੂਰ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਨੂੰ ਵੋਟ ਨਹੀਂ ਪਊ ਵੋਟ ਪਾਊਗੀ ਕਿੰਨੇ ਪਰਸੈਂਟ ਪੈਂਦੀ ਹੈ ਇਹ ਤਾਂ ਸਮਾਂ ਦੱਸੋ ਬਿਲਕੁਲ ਅਕਾਲੀ ਦਲ ਨੂੰ ਕਿੱਥੇ ਕੋ ਦੇਖਦੇ ਹਾਂ ਆਪਣੇ ਹਲਕੇ ਵਿੱਚ ਵੀ ਤੇ ਓਵਰਆਲ ਪੰਜਾਬ ਵਿੱਚ ਵੀ ਦੇਖੋ ਜਦੋਂ ਅਸੀਂ ਅਕਾਲੀ ਦਲ ਦੀ ਗੱਲ ਕਰਦੇ ਆ ਜਿਹੜੀਆਂ ਅਕਾਲੀ ਦਲ ਦੀਆਂ ਕੀਤੀਆਂ ਸਾਹਮਣੇ ਆ ਰਹੀਆਂ ਉਹਨਾਂ ਨੂੰ ਉਹ ਆਪਣੀ ਗਲਤੀਆਂ ਦਾ ਖਮਿਆਜਾ ਲੋਕ ਪੰਜਾਬ ਦੇ ਭੁਗਤਾਰੇ ਆ ਭੁਗਤਣਗੇ ਜਦੋਂ ਗੱਲ ਆਪਾਂ ਸ਼ਾਹਕੋਟ ਦੀ ਕਰੀਏ ਜੀ ਸ਼ਾਹਕੋਟ ਦੇ ਵਿੱਚ ਅਕਾਲੀ ਦਲ ਦਾ ਰਾਜ ਸੀ ਜਦੋਂ ਪੰਜ ਵਾਰ ਇਥੋਂ ਦਾ ਅਕਾਲੀ ਦਲ ਦਾ ਵਿਧਾਇਕ ਬਣਿਆ। ਹੂੰ ਤਿੰਨ ਟਰਮਾਂ ਉਹਨੂੰ ਪੰਜ ਵਾਰ ਵਿਧਾਇਕ ਬਣ ਕੇ ਤਿੰਨ ਟਰਮਾਂ 21 ਸਾਲ ਰਿਹਾ। ਜੇ ਤੇ ਜੋ 15 ਸਾਲ ਉਹਨਾਂ ਕੋ ਪਾਵਰ ਰਹੀ ਨਿਰਵੇਗਨ 10 ਸਾਲ ਇੱਕ ਵਾਰ 5 ਸਾਲ ਇੱਕ ਵਾਰ। ਜੀ। ਤੇ ਉਹ ਇੰਨੀ ਵੱਡੀ ਪਾਵਰ ਰਹਿਣ ਦੇ ਬਾਵਜੂਦ ਜੋ ਹਲਕੇ ਦਾ ਉਸ ਸਮੇਂ ਹੋਣਾ ਚਾਹੀਦਾ ਸੀ ਨਹੀਂ ਹੋ ਪਾਇਆ। ਲੋਕ ਬੋਲ ਰਹੇ ਆ ਸਾਡੇ ਸ਼ਾਹਕੋਟ ਹਲਕੇ ਦੇ। ਹੂੰ ਉਨਾ ਵਿਕਾਸ ਕੀਤਾ ਜਿਹੜਾ ਕੀਤਾ ਉਹ ਪੂਰੇ ਪੰਜਾਬ ਨੂੰ ਪਤਾ ਪੂਰੇ ਲੋਕਾਂ ਨੂੰ ਪਤਾ ਤੇ ਉਸ ਕਰਕੇ ਲੋਕ ਅਕਾਲੀ ਦਲ ਨਾਲੋਂ ਬਹੁਤ ਪਿੱਛੇ ਜਾ ਚੁੱਕਿਆ ਮੇਰੇ ਨਾਲ ਜਿਹੜੇ ਲੋਕ ਜੁਆਇਨ ਕਰਦੇ ਆ ਅਕਾਲੀ ਦਲ ਦੇ ਉਹ ਕਹਿੰਦੇ ਆ ਵੀ ਅੱਜ ਜੇ ਅਸੀਂ 35 ਸਾਲ 30 ਸਾਲ ਅਕਾਲੀ ਦਲ ਨਾਲ ਰਹੇ ਆ ਜੇ ਜੁਆਇਨ ਤੇਨੂੰ ਕਰ ਰਹੇ ਆ ਤੇਰੀ ਵਰਕਿੰਗ ਨੂੰ ਤੇਰੇ ਕੀਤੇ ਕੰਮਾਂ ਨੂੰ ਤੇਰੇ ਦਿੱਤੇ ਜਿਹੜਾ ਤੁਸੀਂ ਪਿਆਰ ਦਿੰਨੇ ਆ ਉਹਦਾ ਬਦੌਲਤ ਅਸੀਂ ਅੱਜ ਤੇਰੇ ਨਾਲ ਜੁੜ ਰਹੇ ਆ ਬਿਲਕੁਲ ਸੋ ਲਾਡੀ ਜੀ ਇੱਕ ਹੋਰ ਗੱਲ ਜਦੋਂ ਸੀਐਮ ਚਿਹਰੇ ਦੀ ਗੱਲ ਆਉਂਦੀ ਹੈ ਕਾਂਗਰਸ ਨੂੰ ਲੈ ਕੇ ਹੁਣ ਤਿੰਨ ਜਣਿਆਂ ਦੇ ਚਿਹਰੇ ਨੇ ਚਰਨਜੀਤ ਸਿੰਘ ਚੰਨੀ ਨਵਜੋਤ ਸਿੰਘ ਸਿੱਧੂ ਤੇ ਸੁਨੀਲ ਜਾਖੜ ਤਿੰਨ ਲਾੜੇ ਲੈ ਕੇ ਕਾਂਗਰਸ ਚੱਲੀ ਹੈ ਕੀ ਲੱਗਦਾ ਹੈ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ ਪਾਰਟੀ ਨੂੰ ਨਹੀਂ ਲਾੜੇ ਨਹੀਂ ਹਮ ਅੱਧ-ਅੱਧ ਜ਼ਿੰਮੇਵਾਰੀਆਂ ਹਮ ਜਾਖੜ ਸਾਹਿਬ ਨੂੰ ਕੰਪੇਨ ਕਮੇਟੀ ਦੇ ਚੇਅਰਮੈਨ ਬਣਾਇਆ ਪਿਛਲੀ ਵਾਰ ਵੀ ਤੁਸੀਂ ਦੇਖ ਲਓ ਜਦੋਂ 2017 ਤੋਂ ਪਹਿਲਾਂ ਹਮ ਕੈਪਟਨ ਅਮਰਿੰਦਰ ਸਿੰਘ ਕੰਪੇਨ ਕਮੇਟੀ ਦੇ ਚੇਅਰਮੈਨ ਸੀ ਪ੍ਰਧਾਨ ਜਾਕਰ ਸਾਹਿਬ ਸੀ ਹੁਣ ਵੀ ਕਾਂਗਰਸ ਦਾ ਫਾਰਮੂਲਾ ਤਾਂ ਉਹੀ ਆ ਕੋਈ ਨਵਾਂ ਨਹੀਂ ਜੀ ਹੁਣ ਜਾਕਰ ਸਾਹਿਬ ਨੂੰ ਕੰਪੇਨ ਕਮੇਟੀ ਦੇ ਚੇਅਰਮੈਨ ਬਣਾਇਆ ਹਮ ਪੀਪੀਸੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ ਆ ਮੌਜੂਦਾ ਮੁੱਖ ਮੰਤਰੀ ਸਾਚਨਜੀਤ ਸਿੰਘ ਚੰਨੀ ਆ ਹਮ ਇਹ ਸਾਰਾ ਹੀ ਕਾਂਗਰਸ ਦਾ ਇੱਕ ਸਿਸਟਮ ਆ ਹਾਈ ਕਮਾਂਡ ਹਰ ਚੀਜ਼ ਨੂੰ ਬੈਲੈਂਸ ਕਰਕੇ ਚਲਦੀ ਆ ਹਮ ਇਤ ਸੋਇ ਇਸ ਕਰਕੇ ਜਿਹੜੀ ਮੁੱਖ ਮੰਤਰੀ ਦੀ ਤੁਸੀਂ ਗੱਲ ਕਹੀ ਆ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੇ ਪਹਿਲਾਂ ਐਮਐਲਏ ਦਾ ਫੈਸਲਾ ਕਰਨਾ ਹੂੰ ਐਮਐਲਏ ਸੀਐਲਪੀ ਦੀ ਮੀਟਿੰਗ ਦੇ ਵਿੱਚ ਜਾਣਾ ਬਿਲਕੁਲ ਤਾਂ ਸੀਐਲਪੀ ਦੀ ਮੀਟਿੰਗ ਨੇ ਫੈਸਲਾ ਕਰਨਾ ਵੀ ਅਸੀਂ ਮੁੱਖ ਮੰਤਰੀ ਕਿਹਨੂੰ ਚੁਣਨਾ ਬਿਲਕੁਲ ਪਰ ਪੰਜਾਬ ਦੇ ਲੋਕ ਸਮਝਦੇ ਆ ਮੁੱਖ ਮੰਤਰੀ ਕਿਹਨੇ ਬਣਨਾ ਸੋ ਕੋਈ ਬਾਲਾ ਬਿਆਨ ਕਰਨ ਦੀ ਲੋੜ ਨਹੀਂ ਬਿਲਕੁਲ ਲਾਡੀ ਜੀ ਅਨੁਸੂਚਿਤ ਜਾਤੀ ਦਾ ਕਹਿ ਕੇ ਸੀਐਮ ਚੰਨੀ ਸਾਹਿਬ ਨੂੰ ਅੱਗੇ ਲਿਆਂਦਾ ਗਿਆ ਕਿਤੇ ਨਾ ਕਿਤੇ ਇੱਕ ਪੱਤਾ ਜ਼ਰੂਰ ਤਾਂ ਰਮਦੇ ਨਾਮ ਦੇ ਉੱਪਰ ਖੇਡਿਆ ਗਿਆ ਦਲਿਤ ਪੱਤਾ ਵੀ ਜਿਹਨੂੰ ਕਹਿ ਦਿੱਤਾ ਜਾਂਦਾ ਹੈ ਲੱਗਦਾ ਨਹੀਂ ਕਿ ਇਹ ਨੁਕਸਾਨ ਹੋ ਗਿਆ ਕਿਤੇ ਨਾ ਕਿਤੇ ਅਜੇਹਾ ਨਾ ਕੀਤਾ ਹੁੰਦਾ ਕੈਪਟਨ ਸਾਹਿਬ ਦੇ ਨਾਲ 2 ਮਹੀਨੇ ਜਿੱਥੇ ਸਾਢੇ 4 ਸਾਲ ਕੱਢ ਲਈ ਸੀ 2 ਮਹੀਨੇ ਹੋਰ ਕੱਢ ਲੈਂਦੇ ਨਹੀਂ ਇੱਥੇ ਥੋੜੀ ਜਿਹੀ ਪ੍ਰੋਬਲਮ ਇਹ ਆਈ ਆ ਅਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਸੀ ਹੂੰ ਕੋਈ ਦੋਰ ਆਇਆ ਨਹੀਂ ਮੇਰਾ ਸਿਆਸੀ ਗੁਰੂ ਵੀ ਤਾਂ ਅਸੀਂ ਵੀ ਜੀ ਅਸੀਂ ਸ਼ਾਮ ਨੂੰ 5 ਵਜੇ ਤੱਕ ਕੈਪਟਨ ਮਨਰੇਂਦਰ ਸਿੰਘ ਨਾਲ ਸੀ ਜਦੋਂ ਸੀਐਲਪੀ ਦੀ ਮੀਟਿੰਗ ਸਟਾਰਟ ਹੋਈ ਸਾਰੇ ਉੱਥੇ ਫੈਸਲਾ ਜਨਾਨੀਮਸਲੀ ਹੋਇਆ ਵੀ ਸਾਰੇ ਅਧਿਕਾਰ ਹਾਈ ਕਮਾਂਡ ਨੂੰ ਦੇ ਦਿੱਤੇ ਮੈਡਮ ਸੋਨੀਆ ਗਾਂਧੀ ਜੀ ਨੂੰ ਦੇ ਦਿੱਤੇ ਫਿਰ ਜਦੋਂ ਅਸੀਂ ਸੀਐਲਪੀ ਦੀ ਮੀਟਿੰਗ ਦੇ ਮਤੇਤ ਜਦੋਂ ਹਾਈ ਕਮਾਂਡ ਦਾ ਫੈਸਲਾ ਉਹ ਕਾਂਗਰਸ ਪਾਰਟੀ ਦੇ ਅਸੀਂ ਐਮਐਲਏ ਆਂ ਔਰ ਕਾਂਗਰਸ ਪਾਰਟੀ ਸਾਡੇ ਲਈ ਸਭ ਤੋਂ ਪਹਿਲਾਂ ਪਾਰਟੀ ਆ ਬਿਲਕੁਲ ਤੋਂ ਅਧਿਕਾਰ ਅਸੀਂ ਉਹਨਾਂ ਨੂੰ ਦਿੱਤੇ ਉਹਨਾਂ ਨੇ ਫੈਸਲਾ ਲਿਆ ਉਹ ਕਿਉਂ ਲਿਆ ਗਿਆ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਉਹ ਕਈ ਗੱਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਕਈ ਗੱਲਾਂ ਤੋਂ ਉਹਨਾਂ ਦੀਆਂ ਤੋਂ ਲੋਕ ਫਟ ਆਪ ਹੋ ਗਏ ਕਿਉਂਕਿ ਉਹਨਾਂ ਦਾ ਜਿਹੜਾ ਆੜਾ ਦਿਵਾਲਾ ਸੀ ਹੂੰ ਆੜੇ ਦਿਵਾਲੇ ਨੇ ਗਲਤ ਉਹਨਾਂ ਨੂੰ ਕੈਪਟਨ ਸਾਹਿਬ ਨੂੰ ਗਾਈਡ ਕੀਤਾ ਬਿਲਕੁਲ ਸੋ ਇਸ ਕਰਕੇ ਉਹ ਦਾ ਖਮਿਆਜਾ ਕੈਪਟਨ ਅਮਰਿੰਦਰ ਸਿੰਘ ਨੂੰ ਭੁਗਤਣਾ ਪਿਆ ਹੂੰ ਸੋ ਇਸ ਕਰਕੇ ਅੱਜ ਚੰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣੇ ਤਿੰਨ ਮਹੀਨੇ ਚ ਜੋ ਲੋਕਾਂ ਦੇ ਇਹ ਮਸਲੇ ਸੀ ਲੋਕਾਂ ਨਾਲ ਜੁੜੇ ਹੋਏ ਮਸਲੇ ਸੀ ਗਰੀਬ ਲੋਕ ਦੀ ਗੱਲ ਕਰ ਲਈਏ ਜਾਂ ਕਿਸਾਨਾਂ ਦੀ ਗੱਲ ਕਰ ਲਈਏ ਜਾਂ ਅਸੀਂ ਕਿਸੇ ਵੀ ਵਰਗ ਦੀ ਗੱਲ ਕਰ ਲਈਏ ਵਪਾਰੀ ਵਰਗ ਦੀ ਗੱਲ ਕਰ ਲਈਏ ਉਹ ਚੰਨਜੀਤ ਸਿੰਘ ਚੰਨੀ ਨੇ ਉਹਨਾਂ ਨੂੰ ਥੋੜੇ ਸਮੇਂ ਵਿੱਚ 3 ਮਹੀਨਿਆਂ ਦੇ ਵਿੱਚ ਹੱਲ ਕੀਤਾ ਇਹ ਨਹੀਂ ਅਨਾਉਂਸਮੈਂਟ ਨਹੀਂ ਕੀਤੀ ਇੰਪਲੀਮੈਂਟ ਨੋਟੀਫਿਕੇਸ਼ਨ ਕਰਾ ਕੇ ਇੰਪਲੀਮੈਂਟ ਕਰਕੇ ਉਹਨਾਂ ਨੂੰ ਰਾਹ ਦੇ ਦਿੱਤੀ ਲਾਡੀ ਜੀ ਇੱਕ ਗੱਲ ਵਾਰ-ਵਾਰ ਦਰਸ਼ਕ ਵੀ ਪੁੱਛਦੇ ਨੇ ਸਵਾਲ ਤੱਕ ਉਦਰਤੀ ਹੈ ਕਿ 4.5 ਸਾਲ ਕਾਂਗਰਸ ਨੇ ਕੁਝ ਨਹੀਂ ਕੀਤਾ ਇਹ ਮੰਨ ਚੁੱਕੀ ਹੈ ਹਾਈ ਕਮਾਂਡ ਤੱਕ ਇਹ ਗੱਲ ਹੋ ਗਈ ਪ੍ਰਧਾਨ ਸਾਹਿਬ ਤੱਕ ਨੇ ਚੰਨੀ ਸਾਹਿਬ ਵੀ ਕਹਿੰਦੇ ਨੇ ਹੁਣ ਅੱਜ ਹਰ ਲੀਡਰ ਬਿਲ ਕੈਪਟਨ ਸਾਹਿਬ ਦੇ ਨਾਮ ਦੇ ਉੱਪਰ ਫੜ ਰਿਹਾ ਕਿ 4.5 ਸਾਲ ਉਹਨਾਂ ਨੇ ਕੁਝ ਨਹੀਂ ਕੀਤਾ ਪਰ ਲੋਕ ਕਹਿੰਦੇ ਅਸੀਂ ਕਿੱਦਾਂ ਭੁੱਲ ਜਾਈਏ ਕਿ 5 ਸਾਲ ਕਾਂਗਰਸ ਦੀ ਸਰਕਾਰ ਰਹੀ ਸਿੱਧੂ ਸਾਹਿ ਨੇ ਸਾਬ ਕੋਈ ਐਲਾਨ ਕਰਦੇ ਨੇ ਤਾਂ ਸਿੱਧੂ ਸਾਹਿਬ ਆਪ ਟਵੀਟ ਕਰਕੇ ਹਿਸਾਬ ਮੰਗਣ ਲੱਗ ਜਾਂਦੇ ਬਈ ਪੈਸਾ ਕਿੱਥੋਂ ਆਏਗਾ ਪ੍ਰਧਾਨ ਸਾਹਿਬ ਦਾ ਅੱਜ ਕੱਲ ਅੱਖਸ ਕੋਈ ਚੰਗਾ ਨਹੀਂ ਨਜ਼ਰ ਆ ਰਿਹਾ ਪ੍ਰਧਾਨ ਸਾਹਿਬ ਕਈ ਵਾਰੀ ਬਦਜ਼ੁਬਾਨੀ ਵੀ ਕਰ ਜਾਂਦੇ ਨੇ ਗਾਲ ਵੀ ਕੱਢ ਜਾਂਦੇ ਨੇ ਪ੍ਰਧਾਨ ਸਾਹਿਬ ਅੱਜ ਕੱਲ ਹੋਟ ਵੀ ਰਹਿੰਦੇ ਨੇ ਕੀ ਲੱਗਦਾ ਕਿ ਪ੍ਰਧਾਨ ਸਾਹਿਬ ਵੀ ਕੁਝ ਨੁਕਸਾਨ ਕਰ ਸਕਦੇ ਆ ਦੇਖੋ ਪੰਜਾਬ ਦੇ ਲੋਕ ਬਹੁਤ ਸਿਆਣੇ ਆ ਹਮ ਪ੍ਰਧਾਨ ਸਾਹਿਬ ਸਾਡੇ ਸਤਕਾਰਯੋਗ ਆ ਮੈਂ ਸਾਡੀ ਹਾਈ ਕਮਾਂਡ ਨੇ ਉਹਨਾਂ ਨੂੰ ਪੰਜਾਬ ਦੇ ਪ੍ਰਧਾਨ ਬਣਾਇਆ ਅਸੀਂ ਪਾਰਟੀ 'ਚ ਉਹਨਾਂ ਦੀ ਰਹਿਨਵਾਈ ਥਲੇ ਚੱਲਦੇ ਆ। ਹੂੰ। ਕਈ ਵਾਰ ਅਸੀਂ ਪਾਰਟੀ ਤੋਂ ਜਦੋਂ ਕ੍ਰੋਸ ਕਰਦੇ ਨੇ ਲਾਈਨ ਕ੍ਰੋਸ ਕਰਦੇ ਆਂ ਤੇ ਕਈ ਵਾਰ ਉਹ ਲੋਕ ਜ਼ਰੂਰ ਮਹਿਸੂਸ ਕਰਦੇ ਆ। ਹੂੰ। ਪਰ ਲੋਕ ਹੁਣ ਥੋੜਾ ਜਿਹਾ ਬੌਦਰ ਕਰਨਾ ਹਟ ਕੇ ਲੋਕ ਹੁਣ ਆਪਣੇ ਕੰਮਾਂ 'ਚ ਲੱਗੇ ਵੀ ਇਲੈਕਸ਼ਨ ਜਿਹੜੇ ਜਿਹੜੇ ਕੈਂਡੀਡੇਟ ਕਾਂਗਰਸ ਪਾਰਟੀ ਨੇ ਦਿੱਤੇ ਉਹਨਾਂ ਲਈ ਸੁਚੇਤ ਆ। ਹੂੰ। ਤੇ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਦੱਸ ਬਿਨਾ ਕਹਿਣਾ ਪੀ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਸਰਕਾਰ ਕੋਈ ਵੀ ਆਪਣੀ ਪਾਲਿਸੀ ਦੇ ਅਧੀਨ ਕੰਮ ਕਰਦੇ ਜਾਂ ਕੋਈ ਵੀ ਅਸੀਂ ਪ੍ਰੋਜੈਕਟ ਅਨਾਉਂਸ ਕਰਦੇ ਪਹਿਲਾਂ ਫਰਾਂਸ ਡਿਪਾਰਟਮੈਂਟ ਦੀ ਅਪਰੂਵ ਲਾਉਂਦੀ ਆ ਉਦਾਂ ਤਾਂ ਕੋਈ ਅਸੀਂ ਕਰਦੇ ਨਹੀਂ ਬਿਲਕੁਲ ਤੇ ਜਦੋਂ ਅਪਰੂਵਲ ਆਈ ਤੇ ਤਾਂ ਹੀ ਸਾਰੇ ਕੰਮ ਹੋ ਰਹੇ ਕੋਈ ਇਹੋ ਜੀ ਕਮੀ ਨਹੀਂ ਅਸੀਂ ਕੰਮ ਮੈਂ ਆਪਣੇ ਹਲਕੇ ਦੀ ਜੇ ਗੱਲ ਕਰਾਂ ਸ਼ਾਹਕੋਟ ਦੀ ਜੀ ਮੈਂ 300 ਕਰੋੜ ਤੋਂ ਪਲੱਸ ਆ 3.5 4 ਸਾਲ ਦੇ ਵਿੱਚ ਲਿਆ ਆ ਸਰਕਾਰ ਕੋਈ ਆਏ ਪਏ ਹੂੰ ਕਿ ਤੇ ਮੈਂ ਘਰੋਂ ਤੇ ਨਹੀਂ ਲਾਏ ਬਾਹਰੋਂ ਤੇ ਨਹੀਂ ਆਏ ਜੇ ਮੈਨੂੰ ਲੋਕਾਂ ਨੇ ਮੌਕਾ ਦਿੱਤਾ ਮੈਂ ਲੋਕਾਂ ਦਾ ਨਮਾਇੰਦਾ ਹੂੰ ਤੇ ਮੇਰੀ ਰਿਸਪੌਂਸਿਬਿਲਟੀ ਆ ਵੀ ਮੈਂ ਲੋਕਾਂ ਦੇ ਜਿਹੜੇ ਕੰਮ ਆ ਉਹ ਕਰਕੇ ਦੇਣੇ ਬਿਲਕੁਲ ਪੈਸੇ ਮੈਂ ਘਰੋਂ ਨਹੀਂ ਲਾਉਣੇ ਉਹ ਸਰਕਾਰ ਕੋਲ ਲਿਆਉਣੇ ਸੋ ਪੈਸੇ ਸਰਕਾਰ ਕੋਲ ਬੜੇ ਸੋਰਸਸ ਆ ਹੂੰ ਸਰਕਾਰ ਕੋ ਕੰਮ ਕਰਾਉਣ ਵਾਲਾ ਬੰਦਾ ਚਾਹੀਦਾ ਹੂੰ ਜੇਕਰ ਕੈਪਟਨ ਸਾਹਿਬ ਦੀ ਗੱਲ ਕਰੀਏ ਤੇ ਪੰਜਾਬ ਲੋਕ ਕਾਂਗਰਸ ਨਵੀਂ ਪਾਰਟੀ ਬਣਾ ਲਈ ਹੁਣ ਭਾਜਪਾ ਦੇ ਨਾਲ ਭਾਈਵਾਲੀ ਕਰਕੇ ਚੋਣ ਮੈਦਾਨ 'ਚ ਉਤਰ ਰਹੇ ਨੇ ਕਿੰਜ ਵੇਖਦੇ ਹੋ ਕਿੰਨਾ ਕਖੋਰਾ ਲਗਾ ਸਕਦੇ ਨੇ ਕੈਪਟਨ ਸਾਹਿਬ ਜੇ ਉਹ ਖੁਰੇ ਵਾਲੀ ਗੱਲ ਕਰਾਂਗੇ ਉਹ ਕੋਈ ਮੈਨੂੰ ਜ਼ਿਆਦਾ ਨਹੀਂ ਲੱਗ ਰਿਹਾ ਖੁਰੇ ਵਾਲੀ ਗੱਲ ਦੇਖੋ ਬੀਜੇਪੀ ਦਾ ਵੋਟ ਬੈਂਕ ਹੈਗਾ ਉਹਨਾਂ ਦੀ ਪਾਰਟੀ ਦਾ ਕੇਡਰ ਆ ਹੂੰ ਉਹ ਤਾਂ ਉਹਨਾਂ ਨੂੰ ਪਾਰਟੀ ਵੋਟ ਮਿਲਣੀ ਆ ਦੇਖੋ ਸ਼ਹਿਰਾਂ ਦੇ ਵਿੱਚ ਬੀਜੇਪੀ ਔਰ ਵਰਸਸ ਕਾਂਗਰਸ ਲੜਾਈ ਹੁੰਦੀ ਉੱਥੇ ਅਕਾਲੀ ਦਲ ਦਾ ਤਾਂ ਨਾਮ ਉਹਨਾਂ ਚੜਨੀ ਹੁੰਦਾ ਹੂੰ ਉਹ ਤਾਂ ਲੜਾਈ ਫਾਈਟ ਉਦਾਂ ਹੀ ਚੱਲਣੀ ਆ ਜਿੱਦਾਂ ਅੱਗੇ ਚੱਲਦੀ ਸੀ ਬਿਲਕੁਲ ਸਗੋਂ ਉੱਥੇ ਕਾਂਗਰਸ ਨੂੰ ਫਾਇਦਾ ਹੂੰ ਵੀ ਅਕਾਲੀ ਦਲ ਉਹਨਾਂ ਨੂੰ ਮਾਈਨਸ ਹੋਏ ਤੇ ਬੀਜੇਪੀ ਲੜ ਰਹੀ ਆ ਜਿਹੜੀ ਕਿ ਆ ਦੂਜੀਆਂ ਪਾਰਟੀਆਂ ਕੈਪਟਨ ਸਾਹਿਬ ਜਾਂ ਢੀਂਸਾ ਸਾਹਿਬ ਨਾਲ ਰਲ ਕੇ ਬਿਲਕੁਲ ਸੋ ਮੈਨੂੰ ਕੋਈ ਜ਼ਿਆਦਾ ਲੱਗਦਾ ਨਹੀਂ ਵੀ ਉਹਨਾਂ ਨੂੰ ਜ਼ਿਆਦਾ ਕੋਈ ਬੂਸਟ ਮਿਲੂਗਾ ਹੂੰ ਬਿਲਕੁਲ ਸੋ ਇਸੇ ਵਿੱਚ ਤੁਹਾਡੇ ਗਵਾਂਢੀ ਹਲਕੇ ਦੀ ਵੀ ਗੱਲ ਕਰ ਲੈਣੇ ਆ ਬੜਾ ਹੋਟ ਹਲਕਾ ਅੱਜਕੱਲ ਇਕਵਾ ਸਮਾਸੀ ਜਦੋਂ ਸ਼ਾਹਕੋਟ ਬੜਾ ਹੋਟ ਸੀਟ ਰਹਿੰਦਾ ਸੀ ਐਤਕੀ ਤੁਹਾਡਾ ਗੁਆਂਢੀ ਹਲਕਾ ਬੜਾ ਹੋਟ ਰਹਿੰਦਾ ਸੁਲਤਾਨਪੁਰ ਲੋਧੀ ਦੀ ਗੱਲ ਕਰਦੇ ਆ ਨਵਤੇਜ ਚੀਮਾ ਮੁਰ ਤੋਂ ਮੈਦਾਨ ਦੇ ਵਿੱਚ ਨੇ ਉਹ ਵੀ ਵਿਧਾਇਕ ਸੀ ਤੇ ਪਰ ਉਥੋਂ ਰਾਣਾ ਗੁਰਜੀਤ ਹੋਰੀ ਆਪਣੇ ਪੁੱਤਰ ਨੂੰ ਜੋ ਆਜ਼ਾਦ ਲੜਵਾਣ ਜਾ ਰਹੇ ਨੇ ਕੀ ਲੱਗਦਾ ਹੈ ਕਿ ਚੀਮਾ ਹੋਰਾ ਦੀ ਹਵਾ ਜ਼ਿਆਦਾ ਹੈ ਜਾਂ ਫਿਰ ਰਾਣਾ ਗੁਰਜੀਤ ਹੋਰਾ ਦੇ ਪੁੱਤਰ ਦੀ ਜੋ ਆਜ਼ਾਦ ਲੜ ਰਹੇ ਨੇ ਦੇਖੋ ਤੁਸੀਂ ਹੋਟਲ ਕੀ ਦੀ ਗੱਲ ਕੀਤੀ ਹੂੰ ਹੌਟ ਤੇ ਰਹਿਣਾ ਚਾਹੀਦਾ ਤਾਂ ਹੀ ਬੰਦਾ ਕੰਮ ਵੱਧ ਕਰਦਾ ਇੱਕ ਮੌਸਮ ਸਿਆਲਾਂ ਦਾ ਉਪਰੋ ਸੋ ਦੂਜੀ ਗੱਲ ਹਮਜੀ ਜਿਹੜੀ ਸਲਤਨਪੁਰ ਦੀ ਆ ਉੱਥੇ ਦੇ ਲੋਕਾਂ ਦੇ ਵਿੱਚ ਗੁੱਸਾ ਸੀ ਸਾਡੇ ਮੌਜੂਦਾ ਐਮਐਲਏ ਦੇ ਉਲਟ ਹਮ ਕੋਈ ਦੋਹਰਾ ਨਹੀਂ ਮੇਰਾ ਚਲੋ ਕਲੀਕ ਆ ਹਮ ਗਵਾਂਢੀ ਵੀ ਆ ਐਮਐਲਏ ਵੀ ਕਲੀਕ ਆ ਬਿਲਕੁਲ ਇੱਕ ਅਸੀਂ ਲਾਈਨ ਦੇ ਵਿੱਚ ਆ ਇੱਕ ਪਾਰਟੀ ਦੇ ਆ ਹਮ ਸੋ ਉਹਨਾਂ ਨੂੰ ਕੰਟਰੋਵਰਸ਼ਨ 'ਚ ਨਹੀਂ ਪੈਣਾ ਚਾਹੀਦਾ ਸੀ ਉਹਨਾਂ ਨੂੰ ਐਕਚੁਅਲੀ ਉਹਨਾਂ ਨੇ ਜਦੋਂ ਰਾਣਾ ਗੁਰਜੀਤ ਸਿੰਘ ਦੀ ਤੁਸੀਂ ਗੱਲ ਕੀਤੀ ਆ ਦੇਖੋ ਰਾਣਾ ਗੁਰਜੀਤ ਸਿੰਘ ਇੱਕ ਵਧੀਆ ਲੀਡਰ ਆ ਦਿਗ ਲੀਡਰ ਆ ਹੂੰ ਬਿਲਕੁਲ ਜਨੂਟਰ ਲੀਡਰ ਕਹਿ ਦਿੰਨੇ ਆਪਾਂ ਮੈਂ ਜੇ ਅੱਜ ਗੱਲ ਕਰਾਂ ਜੇ ਮੈਂ ਐਮਐਲਏ ਤਾਂ ਉਹਨਾਂ ਦੀ ਬਦੌਲਤ ਆ ਉਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਹੂੰ ਕੋਈ ਰਾਇ ਨਹੀਂ ਪਰ ਕਾਂਗਰਸ ਪਾਰਟੀ ਸਭ ਤੋਂ ਪਹਿਲਾਂ ਪਾਰਟੀ ਪਹਿਲਾਂ ਆ ਬਿਲਕੁਲ ਸਿਆਸੀ ਗੁਰੂ ਵੀ ਨਾਲ ਆ ਹਮ ਜਿਹੜੀ ਗੱਲ ਉੱਥੇ ਉਹਨਾਂ ਨੇ ਜਦੋਂ ਮੰਤਰੀ ਬਣਨਾ ਸੀ ਪਹਿਲਾਂ ਵੀ ਉਹਨਾਂ ਨੂੰ ਸਾਜ਼ਿਸ਼ ਦੇ ਅਧੀਨ ਡੈਮੇਜ ਕੀਤਾ ਗਿਆ ਕੀ ਉਹਨਾਂ ਦਾ ਕੋਈ ਉਹਦੇ ਵਿੱਚ ਕਸੂਰ ਨਹੀਂ ਸੀ ਹਮ ਕਾਰੋਬਾਰੀ ਬੰਦੇ ਆ ਕਾਰੋਬਾਰ ਬਿਲਕੁਲ ਕੱਲ ਨੂੰ ਮੈਂ ਕਾਰੋਬਾਰ ਕਰਦਾ ਮੇਰਾ ਕਾਰੋਬਾਰ ਆ ਜੱਦੀ ਪੁਛਤੀ ਆ ਬਿਲਕੁਲ ਉੱਚ ਜੇ ਕੋਈ ਵਾਅਦਾ ਕਰਦੇ ਤਾਂ ਕਰਪਸ਼ਨ ਕਰਕੇ ਥੋੜੀ ਕਰਦੇ ਹੋ ਆਪਣੀ ਬੈਂਕਾਂ ਤੋਂ ਲੋਨ ਲੈ ਕੇ ਹਰ ਤਰ੍ਹਾਂ ਨਾ ਕਰਦੇ ਹਮ ਤੇ ਜੇ ਉਹਨਾਂ ਨੇ ਕਾਰੋਬਾਰ ਦੇ ਵਿੱਚ ਕੋਈ ਇਨਵੈਸਟਮੈਂਟ ਹੋ ਗਈ ਕੀਤੀ ਆ ਉਹ ਕਰਪਸ਼ਨ ਤਾਂ ਨਹੀਂ ਗਵਰਨਮੈਂਟ ਦੀਆਂ ਜੇ ਆਕਸ਼ਨ ਤੇ ਲੈ ਲਈਆਂ ਹੂੰ ਪੁਆਇੰਟ ਤੋਂ ਕਰ ਉਹ ਨਜਾਇਜ਼ ਮਾਈਨਿੰਗ ਥੋੜੀ ਆ ਹੂੰ ਸੋ ਉਹ ਚੀਜ਼ਾਂ ਤਾਂ ਜੇ ਚੱਲੀਆਂ ਵੀ ਨਹੀਂ ਪਹਿਲਾਂ ਰੌਲਾ ਪੈ ਗਿਆ ਚਲੋ ਉਹਨਾਂ ਨੂੰ ਉਸ ਗੱਲ ਤੋਂ ਰਿਜ਼ਾਈਨ ਉਹਨਾਂ ਨੇ ਕਰ ਦਿੱਤਾ ਹੂੰ ਵੀ ਚਲ ਮੈਂ ਜਿੰਨਾ ਚਿਰ ਇਨਵੈਸਟੀਗੇਸ਼ਨ ਨਹੀਂ ਹੁੰਦੀ ਉਹਨਾਂ ਚਿਰ ਮੈਂ ਮੰਤਰੀਸ਼ਿਪ ਤੋਂ ਆਪਣਾ ਅਰਜਨ ਕਰਦਾ ਹੂੰ ਈਬੀਓ ਜਿਹੜੀ ਪੋਟੜੀ ਸੀ ਕੈਪਟਨ ਸਾਹਿਬ ਦੇ ਹਾਲੇਦ ਵਾਲੇ ਸਭ ਤੋਂ ਲਾਗੇ ਕੈਪਟਨ ਸਾਹਿਬ ਦੇ ਰਾਣਾ ਗੁਰਜੀਤ ਸਿੰਘ ਸੀ ਬਿਲਕੁਲ ਉਹ ਉਹਨਾਂ ਦੇ ਵਫਾਦਾਰ ਸੀ ਐਂਡ ਤੱਕ ਰਹੇ ਆ ਹੂੰ ਉਹ ਪੋਟੜੀ ਨੇ ਸਾਰੇ ਇਹ ਚਾਲਾਂ ਕੀਤੀਆਂ ਵੀ ਰਾਣਾ ਸਾਹਿਬ ਨੇ ਸਾਨੂੰ ਇਥੋਂ ਲਾਗੇ ਖੰਗਣ ਨਹੀਂ ਦੇਣਾ ਵੀ ਉਹਨੂੰ ਡੈਮੇਜ ਕਰੋ ਕਿਸੇ ਨਾ ਕਿਹਾ ਜਦੋਂ ਰਾਣਾ ਸਾਹਿਬ ਦੁਆਰਾ ਹਾਈ ਕਮਾਂਡ ਨੂੰ ਸਾਰੀ ਅਸਲੀਅਤ ਦਾ ਪਤਾ ਲੱਗਾ ਰਾਹੁਲ ਗਾਂਧੀ ਜੀ ਨੂੰ ਮੈਡਮ ਸੋਨੀਆ ਗਾਂਧੀ ਜੀ ਨੂੰ ਹੂੰ ਦੁਬਾਰਾ ਜਦੋਂ ਰੀਸ਼ਫਲ ਹੋਇਆ ਰਾਣਾ ਸਾਹਿਬ ਮੰਤਰੀ ਬਣ ਲੱਗੇ ਤਾਂ ਉਦੋਂ ਫੇਰ ਸਿੱਧੂ ਸਾਹਿਬ ਕੋਲ ਲੈ ਕੇ ਚਿੱਠੀ ਲੈ ਕੇ ਚੱਲ ਗਏ ਐਮ ਐਲ ਏ ਉਹ ਤੁਹਾਨੂੰ ਵੀ ਪਤਾ ਬਿਲਕੁਲ ਸੋ ਫਿਰ ਗੁੱਸਾ ਤਾਂ ਹੁੰਦਾ ਨਾ ਕਿਤੇ ਨਾ ਕਿਤੇ ਹੂੰ ਉਸ ਤੋਂ ਬਾਅਦ ਵੀ ਰਾਣਾ ਸਾਹਿਬ ਨੇ ਕਿਹਾ ਵੀ ਜੋ ਪਾਰਟੀ ਦਾ ਫੈਸਲਾ ਉਹਨੂੰ ਅਸੀਂ ਮੰਨਾਂਗੇ ਫੇਰ ਰਾਣਾ ਜੀ ਦਾ ਬੇਟਾ ਰਾਣਾ ਇੰਦਰਪ੍ਰਤਾਪ ਸਲਤਨਪੁਰ ਦੇ ਚਲਾ ਗਿਆ ਹੂੰ ਉਹ ਆਪਣੀ ਟੇਕੜ ਦਾ ਦਾਅਵਾ ਜਿਤੌਣ ਲੱਪਿਆ ਉੱਥੇ ਲੋਕਾਂ ਨੇ ਉਹਨੂੰ ਪਿਆਰ ਹੀ ਵੜਾ ਦਿੱਤਾ ਮੇਰਾ ਤਾਂ ਗਵਾਂਢ ਹਲਕਾ ਮੈਨੂੰ ਤਾਂ ਉਹ ਸਾਰੇ 10 ਦੇ ਲੋਕ ਉਤੋਂ ਆ ਗਏ ਵੀ ਸ੍ਰੀਆ ਮਿਲਦਾ ਵੀ ਫਲਾਨੇ ਬੰਦੇ ਵੀ ਉਹਦੇ ਨਾਲ ਚੱਲ ਪਏ ਫਲਾਨੇ ਬੰਦੇ ਵੀ ਆਮ ਆਦਮੀ ਪਾਰਟੀ ਜੀ ਸੀ ਉਹ ਵੀ ਇੰਦਰ ਨਾਲ ਚੱਲ ਪਏ ਕੋਈ ਅਕਾਲੀ ਦਲ ਚੋਂ ਉਹਦੇ ਨਾਲ ਚੱਲ ਪਏ ਕੋਈ ਕਾਂਗਰਸ ਚੋਂ ਚੱਲੀ ਜਾ ਰਿਹਾ ਵੀ ਉਹਦੇ ਨਾਲ ਤੇ ਇੱਕ ਬਹੁਤ ਵੱਡਾ ਮਾਹੌਲ ਬਣ ਗਿਆ ਉੱਥੇ ਇੰਦਰ ਪ੍ਰਤੀ ਲੋਕਾਂ ਦੀ ਪਿਆਰ ਵਧ ਗਿਆ ਤੇ ਉਹਨੇ ਫੇਰ ਮੇਰਾ ਖਲ ਚੈਲੰਜ ਕਰਤਾ ਰਾਣਾ ਜੀ ਨੂੰ ਮੇਰਾ ਖਿਆਲ ਕੋਈ ਪਾਰਟੀ ਚੋਂ ਕਢਾਉਣ ਦੀ ਕੋਈ ਗੱਲ ਆਈ ਜਾਂ ਕੁਝ ਵੀ ਆ। ਹੂੰ। ਮੇਰਾ ਉਹਦੇ ਤੋਂ ਫਿਰ ਉਹਨਾਂ ਨੇ ਥੋੜਾ ਜਿਹਾ ਉਹਨਾਂ ਨੂੰ ਵੀ ਮਾਈਂਡ ਹੋਇਆ ਵੀ ਇਹ ਮੈਂ ਤੇ ਵਾਰ-ਵਾਰ ਵਾਰ ਕਰ ਰਹੇ ਆ। ਮੇਰਾ ਖਿਆਲ ਪਹਿਲਾਂ ਰਾਣਾ ਜੀ ਦਾ ਮਨ ਨਹੀਂ ਸੀ ਸultanpur ਚ ਜਾਣ ਦਾ ਵੀ ਮੈਂ ਪਾਰਟੀ ਦਾ ਕੈਂਡੀਡੇਟ ਆ ਮੈਂ ਪਾਰਟੀ ਦੇ ਕੈਂਡੀਡੇਟ ਦੇ ਉਲਟ ਕੰਪਲੇਨ ਕਰ ਨਹੀਂ ਜਾਊਗਾ। ਬਿਲਕੁਲ। ਜਦੋਂ ਕੋਈ ਚੈਲੰਜ ਕਰੇ ਤਾਂ ਫਿਰ ਤਾਨੂੰ ਵੀ ਪਤਾ ਉਹਦਾ ਲੋਕ ਵੀ ਬਹੁਤ ਸਮਝਦਾਰ ਹੋ ਚੁੱਕੇ ਨੇ ਅੱਜ ਕੱਲ ਬਹੁਤ ਕਾਰਟੂਨ ਵੀ ਚੱਲਦੇ ਨੇ ਕਿ ਲੋਕ ਸਾਫ਼ ਹੀ ਨਹੀਂ ਕਰਦੇ ਕਿ ਕਿਸ ਆਗੂ ਦੇ ਨਾਲ ਚੱਲ ਰਹੇ ਨੇ ਪਰ ਤੁਹਾਡੇ ਹਲਕੇ 'ਚ ਜਦੋਂ ਫੀਡਬੈਕ ਲਈ ਹੈ ਲੋਕ ਸਾਫ਼ ਤੌਰ ਦੇ ਉੱਪਰ ਕਹਿੰਦੇ ਨੇ ਕਿ ਅਸੀਂ ਲਾਡੀ ਸ਼ੇਰੋ ਵਾਲੀਆ ਦੇ ਨਾਲ ਆ ਕਿੱਦਾਂ ਦਿਲ ਜਿੱਤ ਲਿਆ ਲੋਕਾਂ ਦਾ ਮੈਂ ਦੋ ਗੱਲਾਂ ਤੇ ਪੈਰਾ ਦਿੱਤਾ ਹਮ ਇੱਕ ਤਾਂ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਝੂਠ ਨਹੀਂ ਬੋਲਿਆ ਜਿਹੜਾ ਕੰਮ ਹੋਣ ਵਾਲਾ ਸੀ ਉਹਨਾਂ ਨੂੰ ਮੂੰਹ ਤੇ ਕਹਤਾ ਇਹ ਹੋ ਜੂਗਾ ਕਰਕੇ ਉਹਨਾਂ ਨੂੰ ਦੱਸਤਾ ਵੀ ਕੰਮ ਹੋ ਗਿਆ ਹੂੰ ਕਦੀ ਉਹਨਾਂ ਦੇ ਗੇੜੇ ਨਹੀਂ ਮਰਵਾਏ ਜਿਹੜਾ ਕੰਮ ਨਹੀਂ ਹੋਣ ਵਾਲਾ ਸੀ ਉਹਨਾਂ ਨੂੰ ਇੱਕੋ ਗੱਲ ਕਹਤੀ ਵੀ ਇਹ ਕੰਮ ਨਹੀਂ ਹੋ ਸਕਦਾ ਬਿਲਕੁਲ ਕੜੀ ਦੀ ਕੜੀ ਤੂੰ ਗੁੱਸਾ ਲੱਗੂ ਹੂੰ ਪਰ ਲੌਂਗ ਰਨ ਲਈ ਉਹਨਾਂ ਦਾ ਵੀ ਫਾਇਦਾ ਤੇ ਮੇਰਾ ਵੀ ਫਾਇਦਾ ਬਿਲਕੁਲ ਦੂਜਾ ਮੇਰਾ ਏਜੰਡਾ ਸੀ ਵੀ ਮੈਂ ਵਿਕਾਸ ਕਰਨਾ ਮੈਂ ਕੋਈ ਲੜਾਈ ਝਗੜਿਆ ਦੀ ਕੋਈ ਪੁਲਿਸ ਨੂੰ ਇਨਵੋਲਵ ਕਰਕੇ ਕੋਈ ਸਿਆਸਤ ਨਹੀਂ ਕਰਨੀ ਹੂੰ ਕੋਈ ਪਰਚਿਆਂ ਦੀ ਰਾਜਨੀਤੀ ਨਹੀਂ ਕਰਨੀ ਵਿਰੋਧੀ ਜੋ ਮਰਜ਼ੀ ਕਰ ਲੈ ਮੇਰੇ ਨਾਲ ਗਿਣ ਕੇ ਦੇਖ ਲੈਣ ਵੀ ਮੈਂ ਪਰਚਾ ਕਰਾਇਆ ਕਿਹੜਾ ਜੇ ਕੋਈ ਉਦਾਲ ਲੜਾਈ ਝਗੜੇ ਪਰਚੇ ਇਹ ਨਹੀਂ ਵੀ ਪਰਚੇ ਨਹੀਂ ਹੁੰਦੇ ਪਰਚੇ ਜੇ ਲੜਾਈ ਝਗੜੇ ਪਰਿਵਾਰਾਂ ਦੇ ਹੁੰਦੇ ਆ ਉਹ ਚ ਹੁੰਦੀ ਆ ਕਾਰਵਾਈ ਹੁੰਦੀ ਆ ਪਰ ਅਸੀਂ ਕੋਸ਼ਿਸ਼ ਕੀਤੀ ਉਹ ਵੀ ਕਾਰਵਾਈ ਰੋਕੀ ਉਹਨਾਂ ਨੂੰ ਬਿਠਾ ਕੇ ਰਾਜੀਨਾਮਾ ਕਰਾਈਏ ਔਰ ਕਰਾਏ ਆ ਤੇ ਜਦੋਂ ਅਸੀਂ ਇਹ ਸੋਚ ਲੈ ਕੇ ਚੱਲੇ ਆ ਤੇ ਲੋਕਾਂ ਨੇ ਉਸ ਗੱਲ ਨੂੰ ਸਲਾਇਆ ਸਾਨੂੰ ਲੋਕਾਂ ਨੇ ਉਸ ਗੱਲ ਦਾ ਅੱਜ ਉਸ ਗੱਲ ਦਾ ਸਤਿਕਾਰ ਮਿਲ ਰਿਹਾ ਲੋਕਾਂ ਨੂੰ ਪਿਆਰ ਮਿਲ ਰਿਹਾ ਬਿਲਕੁਲ ਇੱਕ ਆਖਰੀ ਸਵਾਲ ਕੰਟਰੋਵਰਸੀ ਤੋਂ ਬੜਾ ਦੂਰ ਰਹਿਣ ਨੂੰ ਕੀ ਵਜ੍ਹਾ ਹੋ ਗਈ ਇਹੀ ਵਜ੍ਹਾ ਕਿ ਲੋਕਾਂ ਦਾ ਦਿਲ ਵੀ ਤਾਂ ਹੀ ਜਿੱਤਿਆ ਕਿ ਕੰਟਰੋਵਰਸੀ ਤੋਂ ਦੂਰ ਰਹੇ ਕੰਟਰੋਵਰਸੀ ਤੋਂ ਤਾਂ ਦੂਰ ਰਹਾ ਜੇ ਮੈਂ ਮਾੜੇ ਕੰਮਾਂ ਚੋਲ ਚ ਜਾਂਦਾ ਜਾਂ ਇਹਦਾ ਸੱਜੇ ਖੱਬੇ ਪਰਚਿਆਂ ਦੀ ਰਾਜਨੀਤੀ ਚ ਪੈ ਜਾਂਦਾ ਤੇ ਮੈਂ ਵਕਾਸ ਨਹੀਂ ਸੀ ਕਰਾ ਪਾਣਾ ਬਿਲਕੁਲ ਕਿਉਂਕਿ ਮੇਰਾ ਮੈਂ ਆਪਣੇ ਏਜੰਡੇ ਤੋਂ ਫੇਲ ਹੋ ਜਾਣਾ ਸੀ ਮੈਨੂੰ ਇਹ ਸੀ ਵੀ ਮੈਂ ਆਪਣੇ ਏਜੰਡੇ ਨੂੰ ਪੂਰਾ ਕਰਨਾ ਹੂੰ ਸੋ ਇਸ ਕਰਕੇ ਮੈਂ ਉਸ ਗੱਲ ਨੂੰ ਇਹ ਵੀ ਪਤਾ ਵੀ ਸਿਆਸਤ ਦੇ ਵਿੱਚ ਵਿਰੋਧੀ ਬੋਲਦੇ ਹੁੰਦੇ ਆ ਹੂੰ ਬੋਲੀ ਜਾਂਨ ਜਿੱਦਾਂ ਸਮਾਂ ਆਉ ਉਹਦਾਂ ਹੀ ਜਵਾਬ ਦੇ ਦੋ ਬਿਲਕੁਲ ਬਿਲਕੁਲ ਸੋ ਸਮੇਂ ਦੀ ਨਿਜ਼ਾਕਰ ਨੂੰ ਵੇਖਦੇ ਹੋਏ ਇੱਥੇ ਆਖਰ ਦੇ ਵਿੱਚ ਆਪਣੇ ਹਲਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੂੰਗਾ ਮੈਂ ਤਾਂ ਹੱਥ ਜੋੜ ਕੇ ਛਾਹਕੋਟ ਵਾਸੀਆਂ ਨੂੰ ਅਪੀਲ ਕਰੂੰਗਾ ਵੀ ਮੇਰਾ ਤੁਸੀਂ ਪਹਿਲਾਂ ਵੀ ਮੇਰੇ ਤੇ ਬਹੁਤ ਭਰੋਸਾ ਜਤਾਇਆ ਬੜਾ ਮੈਨੂੰ ਇੱਜ਼ਤ ਮਾਨ ਸਤਕਾਰ ਦਿੱਤਾ ਤਾਂ ਆਉਣ ਵਾਲੇ ਸਮੇਂ 'ਚ ਵੀ ਮੇਰੇ ਤੇ ਭਰੋਸਾ ਜਤਾਓ ਤਾਂ ਮੈਂ ਜੋ ਤੁਹਾਡੇ ਨਾਲ ਕਮਿਟਮੈਂਟ ਕਰੂੰਗਾ ਕਮਿਟਮੈਂਟ ਕਰੂੰਗਾ ਉਹਨੂੰ ਪੂਰੀਆਂ ਕਰਕੇ ਦਊਗਾ ਬਿਲਕੁਲ ਜੀ ਸੋ ਇਹ ਸੀ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਜੀ ਜੋ ਕਿ ਮੌਜੂਦਾ ਵਿਧਾਇਕ ਵੀ ਨੇ ਤੇ ਕਾਂਗਰਸ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਉਮੀਦਵਾਰ ਵੀ ਨੇ ਸੋ ਜੀਨਾ ਦੇ ਵੱਲੋਂ ਦਾਵਾ ਤੇ ਵਾਅਦਾ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਅੱਜ ਤੱਕ ਉਹਨਾਂ ਨੇ ਸ਼ਾਹਕੋਟ ਵਾਲਿਆਂ ਦੀ ਸੇਵਾ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣਗੇ ਤੇ ਸ਼ਾਹਕੋਟ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਲੈ ਜਾਣਗੇ ਸੋ ਅੱਜ ਦੀ ਮੁਲਾਕਾਤ ਦੇ ਵਿੱਚ ਇੰਨੇ ਫਿਰ ਤੋਂ ਹਾਜ਼ਰ ਹੋਵਾਂਗੇ ਇੱਕ ਹੋਰ ਸ਼ਖਸੀਅਤ ਦੇ ਨਾਲ ਹੁਣ ਮੈਨੂੰ ਪਰਮਜੀਤ ਕੌਰ ਸ਼ਾਹਨੀ ਜੀ ਦੀ ਇਜਾਜ਼ਤ ਤੁਸੀਂ ਦੇਖਦੇ ਹੋ ਅਜੀਤ ਵੈਬਟੀਵੀ ਧੰਨਵਾਦ